बीते दिनों च जिला कपूरथला के पिंड लखण के पड्डा निवासी ते प्रसिद्ध कबड्डी खिडारी अरविंदर सिंह पलवान का पंजाब पुलिस के एक ASI परमजीत सिंह वल्लों गोलियां मार के कतल कर दिता गया सी। ते उस खिडारी की मौत नूं लै के वक-वक लोगों ने खुलासे करने शुरू कर दिते ने। इस दे चलदिआं पिंड दे ही साबका सरपंच ते कांग्रेसी आगू सरनजीत सिंह पड्डा वल्लों इल्जाम लगाया जा रहा है कि कथित दोषी पुलिस मुलाजम परमजीत सिंह अते मंगू ते दोवें नशियां दा नजायज़ कारोबार करदे सन। उन्हां नूं डर सी कि जेकर उन्हां दी कार दी चैकिंग कबड्डी खिडारियां वल्लों कर ली जांदी है तां सारे भेद खुल जाणगे, इसलिए उन्हां वल्लों नौजवान ते हमला कीता गया। ਮੌਤ ਤਾਂ ਇੱਕ ਮੌਤ ਹੀ ਹੁੰਦੀ ਹੈ ਨਾ, ਮੌਤ ਤੋਂ ਬਾਅਦ ਕੀ ਆ ਅੰਤ। ਸਾਡੇ ਸਾਡਾ ਜਿਹੜਾ ਇਹ ਖਿਡਾਰੀ ਸੀਗਾ, ਇਹਦਾ ਡੈਡੀ ਵੀ ਟੋਪ ਦਾ ਸਾਡੇ ਪਿੰਡ ਦਾ ਵਧੀਆ ਖਿਡਾਰੀ ਸੀਗਾ, ਉਹਦੇ ਵਿਚਾਰੇ ਦੇ ਸੱਟਾਂ ਲੱਗ ਗਈਆਂ 13-14 ਸਾਲ ਪਹਿਲਾਂ। ਡੈਸਕ ਦੀਆਂ ਤਿੰਨ ਮਣ ਕੇ ਜਿਹੜੇ ਕਰੈਕ ਹੋ ਗਏ ਮੰਜੇ 'ਤੇ ਆ। ਆਪਣੀ ਜ਼ਿੰਦਗੀ ਜਿਹੜੀ ਤਰਸਯੋਗ ਮੁਤਾਬਕ ਚੱਲਣ ਡਈ ਆ। ਇਹ ਖਿਡਾਰੀ ਤਾਂ ਸਾਡਾ ਟੋਪ ਦਾ ਇੱਕ ਹੀਰਾ ਅਤੇ ਘੋੜੇ ਜਿੰਨੀ ਸ਼ਕਤੀ ਦਾ ਮਾਲਕ ਜਿਹੜਾ ਰਵਿੰਦਰ ਸੀਗਾ ਸਾਡੇ ਵਿੱਚ ਨਹੀਂ ਰਿਹਾ। ਇਸ ਚੀਜ਼ ਦਾ ਘਾਟਾ ਤਾਂ ਸਾਨੂੰ ਕਦੀ ਵਾਸਤੇ ਵੀ ਨਹੀਂ ਪੂਰਾ ਹੋ ਸਕਦਾ। ਪਰਿਵਾਰ ਦਾ, ਮਾਂ ਦਾ, ਪੇ ਦਾ, ਅੱਖਾਂ ਦਾ ਤਾਰਾ ਜਿਹੜਾ ਨਹੀਂ ਰਿਹਾ। ਜੋ ਕੁਛ ਵੀ ਇਸ ਦੇ ਪਿੱਛੇ ਆ, ਕਾਰਨ ਲੱਭੀਏ ਜੇ ਪਿੱਛੇ ਕਾਰਨਾਂ ਨੂੰ ਤੁਰ ਪਈਏ। ਕਾਰਨ ਤਾਂ ਇੱਕ ਹੈਗਾ, ਅੱਤਵਾਦ ਹੋਏ ਆ ਬੜੇ। ਨਕਸਲਾਈਟ ਲਹਿਰ ਦੇ ਟਾਈਮ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋਈਆਂ, ਉਸ ਤੋਂ ਬਾਅਦ ਅੱਤਵਾਦ ਸ਼ੁਰੂ ਹੋ ਗਿਆ ਜਿਹਨੂੰ ਖਾੜਕੂ ਵੀ ਬਾਅਦ ਵੀ ਕਹਿ ਦਿੰਦੇ ਹਾਂ, ਉਹਦੇ ਵਿੱਚ ਵੀ ਨੌਜਵਾਨ ਹੀ ਗਏ। ਇਸ ਟਾਈਮ ਇੱਕ ਚਿੱਟਾ ਅੱਤਵਾਦ ਸ਼ੁਰੂ ਆ, ਜਿਹੜਾ ਇਹ ਜਿਹੜਾ ਚਿੱਟਾ ਅੱਤਵਾਦ ਆ ਇਹ ਸਿਰਫ ਅਤੇ ਸਿਰਫ ਸੀਗਾ, ਸਿਰਫ ਅਤੇ ਸਿਰਫ ਪੈਸੇ ਦੀ ਖਾਤਰ ਆ। ਇਹ ਘਰ ਘਰ ਲੋਕਾਂ ਦੇ ਵਿੱਚ ਵੜ ਗਿਆ। ਇਸ ਨੂੰ ਕੱਢਣ ਵਾਸਤੇ ਅਸੀਂ ਜਿਹੜਾ, ਮੈਂ ਨਸ਼ੇ ਦਾ ਪੂਰਨ ਰੂਪ ਦੇ ਵਿੱਚ ਵਿਰੋਧੀ। ਆਹ ਜਿਹੜਾ ਸਾਡੇ ਜਿਹੜਾ ਇਹ ਕਾਰਨ ਬਣਿਆ, ਇਹ ਵੀ ਇੱਕ ਨਸ਼ੇ ਦਾ ਹੀ ਕਾਰਨ ਬਣਿਆ। ਨਸ਼ੇ ਦੀ ਸਮਗਲਿੰਗ ਕਰਦਾ ਸੀਗਾ ਮੁੰਡਾ, ਉਹ ਪੁਲਿਸਮੈਨ ਜਿਹੜਾ, ਅਤੇ ਉਸੇ ਕਾਰਨ ਦੇ ਵਿੱਚ ਹੀ ਇਹ ਵੀ ਮੈਂ ਸ਼ੋ ਨਾ ਹੋਵਾਂ, ਮੈਂ ਇਸ ਚੀਜ਼ ਤੋਂ ਫੜਿਆ ਨਾ ਜਾਵਾਂ। ਉਹਨੇ ਹਨੇਰੇ ਦੇ ਫਾਇਦੇ ਵਿੱਚ ਹੀ ਗੋਲੀਆਂ ਦਾਗ ਦਿੱਤੀਆਂ ਅਤੇ ਸਾਡਾ ਜਿਹੜਾ ਉਹ ਹੀਰਾ ਪੁੱਤ ਜਿਹੜਾ ਸਾਡੇ ਤੋਂ ਖੋ ਲਿਆ। ਦੂਜੇ ਪਾਸੇ ਇਸ ਗੱਲ ਦਾ ਖੁਲਾਸਾ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਦੇ ਪਿੰਡ ਬਾਮੂਵਾਲ ਵਾਸੀ ਇੱਕ ਨਿਹੰਗ ਸਿੰਘ ਬਾਬਾ ਦਰਸ਼ਨ ਸਿੰਘ ਨੇ ਵੀ ਕੀਤਾ। ਉਹਨਾਂ ਵੱਲੋਂ ਵੀ ਅਜਿਹੇ ਹੀ ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਪਟਿਆਲਾ ਵਿਖੇ ਪੁਲਿਸ ਮੁਲਾਜ਼ਮ ਹਰਜੀਤ ਸਿੰਘ ਅਤੇ ਨਿਹੰਗ ਸਿੰਘਾਂ ਵੱਲੋਂ ਕੀਤੇ ਹਮਲੇ ਖਿਲਾਫ਼ ਰੌਲਾ ਪਾਉਣ ਵਾਲੇ ਲੋਕ ਹੁਣ ਚੁੱਪ ਕਿਉਂ ਨੇ? ਹਰਜੀਤ ਸਿੰਘ ਦੇ ਗੁੱਟ ਕੱਟਣ ਤੋਂ ਬਾਅਦ ਤਰੱਕੀ ਅਤੇ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਦੇਣ ਵਾਲੀ ਕੈਪਟਨ ਸਰਕਾਰ ਹੁਣ ਇਸ ਕਬੱਡੀ ਖਿਡਾਰੀ ਦੀ ਮੌਤ 'ਤੇ ਚੁੱਪ ਕਿਉਂ ਹੈ? ਸਰਕਾਰ ਨੂੰ ਇਹਨਾਂ ਬੇਕਸੂਰ ਕਬੱਡੀ ਖਿਡਾਰੀਆਂ ਦੇ ਪਰਿਵਾਰ ਦੇ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਕਰਨੀ ਚਾਹੀਦੀ ਹੈ। ਹੋਰ ਕੀ ਕਹਿਣਾ ਉਹਨਾਂ ਦਾ ਤੁਸੀਂ ਆਪ ਹੀ ਸੁਣ ਲਵੋ। ਦੇਖੋ ਜੀ, ਜਿਹੜਾ ਉੱਥੇ ਕੀਤਾ ਗਿਆ ਪਟਿਆਲੇ ਇਹਨਾਂ ਨੇ ਕਾਂਡ ਕੀਤਾ ਬਲਵਿੰਦਰ ਸਿੰਘ 'ਤੇ, ਜਦੋਂ ਉਹਨਾਂ ਦੀ ਗੱਡੀ ਅੰਡਰ ਹੋਈ, ਅੱਗੇ ਅੰਡਰ ਜਾ ਕੇ ਉਹਨਾਂ ਨੇ ਪਾਸ ਦਿਖਾਇਆ, ਨਾ ਪਾਸ ਪੁੱਛਿਆ, ਜਦੋਂ ਗੱਡੀ ਅੰਡਰ ਚਲੇ ਗਈ, ਅੰਦਰੋਂ ਸਬਜ਼ੀ ਲੈ ਕੇ ਆ ਰਹੀ ਹੈ। ਠੇਕੇਦਾਰ ਜਿਹੜਾ ਹੈਗਾ, ਠੇਕੇਦਾਰ ਨੇ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਿਹਾ, ਜਦੋਂ ਉਹਦੀ ਬੈਰੀਗੇਟ 'ਤੇ ਗੱਡੀ ਰੋਕੀ, ਇਹਨਾਂ ਡਾਂਗਾ ਮਾਰਿਆ ਕੁੱਟਿਆ ਸਭ ਕੁਛ ਕੀਤਾ, ਉਹਨਾਂ ਕਿਹਾ ਵੀ ਕਿ ਤੁਸੀਂ ਨਾ ਗਾਲਾਂ ਕੱਢੋ ਅਤੇ ਨਾ ਤੁਸੀਂ ਇੱਦਾਂ ਦਾ ਕੰਮ ਕਰੋ। ਪਰ ਜਿਹੜਾ ਇਹੋ ਹੀ ਹਰਜੀਤ ਸਿੰਘ ਸੀਗਾ, ਇਹਨੇ ਕਿਹਾ, ਉਹਨੇ ਖਾਲਸੇ ਨੇ ਕਿਹਾ ਕਿ ਮੈਂ ਕੱਢਾਂ ਕਿਰਪਾਨ, ਉਹ ਕਹਿੰਦਾ ਕਿ ਮਤਲਬ ਕੱਢ। ਫਿਰ ਹੀ ਇਹ ਇਹਨਾਂ ਦੀ ਜਦੋਂ ਇਹਨਾਂ ਨੇ ਜਾ ਕੇ ਵਧੀਕੀ ਕੀਤੀ ਸਿੰਘਾਂ ਦੇ ਉੱਤੇ, ਅਤੇ ਫਿਰ ਹੀ ਇਹਨਾਂ ਨੇ ਪੁਲਿਸ ਵਾਲੇ ਦਾ ਜਿਹੜਾ ਹੱਥ ਹਰਜੀਤ ਸਿੰਘ ਦਾ ਵੱਢਿਆ। ਦੂਜੇ ਪਾਸੇ ਰਹੀ ਗੱਲ ਇੱਥੇ ਪਰਮਜੀਤ ਉਰਫ ਪੰਮਾ ASI ਜਿਹੜਾ ਇੱਥੇ ਰਾਜੀਤ, ਪਹਿਲਾਂ ਇੱਥੇ ਸੁਭਾਨਪੁਰ ਥਾਣੇ ਸੀਗਾ ਜੀ, ਇਹ ਪਰਸੋਂ ਚੌਥ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਮਤਲਬ ਇੱਥੇ ਢਿਲਵਾਂ ਇਹਨੂੰ ਟ੍ਰਾਂਸਫਰ ਕੀਤਾ ਗਿਆ। ਉੱਥੇ ਟ੍ਰਾਂਸਫਰ ਕਰਨ ਦੇ ਬੇਸ ਦੇ ਉੱਤੇ ਜਿਹੜੀ ਇਹਨਾਂ ਦੀ ਹੈਗੀ ਕੋਈ ਵੀ ਗੱਲ, ਜਿਹੜਾ ਮੰਗੂ ਹੈਗਾ ਇਹਦੇ ਨਾਲ ਹੀ ਸੀਗਾ ਪਰਮਜੀਤ ਦੇ, ਜਿਹੜਾ ਦੋਸ਼ੀ ਆ, ਜਿਹੜਾ ਦੋਸ਼ੀ ਹੈ ਜੀ, ਇਹ ਉਹਦੇ ਨਾਲ ਹੀ ਜਿਹੜੇ ਹੈਗੇ ਆ, ਇਹ ਕੋਈ 2 ਨੰਬਰ ਦਾ ਧੰਦਾ ਕਰਦੇ ਸੀਗੇ। ਇਹ ਜਦੋਂ ਇਹ ਮੁੰਡੇ ਜਿਹੜੇ ਹਰਵਿੰਦਰ ਸਿੰਘ ਹੈਗਾ ਖਿਡਾਰੀ, ਅੰਤਰਰਾਸ਼ਟਰੀ ਖਿਡਾਰੀ ਸੀਗਾ,
ये लखन के पड़े ग्राउंड के खड़े आ पैल उतों इन्हों की गड्डी आँदी है ये गड्डी अगे कर दे अगे जा के रोक के जलों वे वालू होंगे आतू गोली चला लगा जड़िया के दो गोलियां वो छाती च लगनिया उत्थे वोरी मौके पर मौत हो जाती है। दूजा मुंडा जोड़ा हैगा संदीप वो जो निकलता वो दो गोलियां वो बजिया एक वो बाँह बजी है एक वो पट च बजी है ठीक है जी। फिर तीसरा बंदा उन्होंने नाल जोड़ा खिडारी से वह निकलता वो फिर अंडावर गड्डी ही वो साइड पर होकर बचिया ये मौके पर ही जोड़ा यदी हरविंदर सिंह अंतरराष्ट्रीय खिडारी की मौत हो गई है ये गड्डी भजा के निकल गए। नहीं जदों सिंघा ने हमला किया पुलिस मुलाजम से उदों बड़ा हाहाकार मच जाती है जो पुलिस आम लोगों की धक्का करती है उदों कोई बोलने तैयार नहीं जो हूँ परमजीत ASI ने आम पुलिस ने जो लोगों ने धक्का किया जी ये कोई भी नहीं बोलिया ना कैप्टन बोलिया ना कोई होर जथेबंदी बोली है तो जिदन हरजीत सिंह का हाथ बढ़िया गया उन्हें था हर कई जथेबंदियों ने मतलब बड़ा तगड़ा यदा विरोध किया ये नहीं सोचा हैगा एक बलविंदर सिंह की जगह जगह फड़न वास्ते 300 बंदा उठे कमांडो फोर्स का पहुँचा जी ठीक है जी। उस तो बाद फड़न वास्ते जे वो चार बंदे सी ते वो 11 बंदे क्यों इन्होंने अरेस्ट किए। ब्यूरो रिपोर्ट विजन पंजाब TV।